ਸਤਿ ਸ੍ਰੀ ਅਕਾਲ ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਆਂ ਆਪਣੇ ਚੈਨਲ ਤੇ ਇੱਕ ਵਾਰ ਫਿਰ ਤੁਹਾਜ਼ਰ ਹੋਏ ਆਂ ਤੁਹਾਡੇ ਸਾਹਮਣੇ ਨਵੇਂ ਅਪਡੇਟ ਦੇ ਨਾਲ ਸੋਬ ਬਣੇ ਰਹਿਣਾ ਇਸ ਵੀਡੀਓ ਦੇ ਐਂਡ ਤੱਕ ਜੀ ਹਾਂਜੀ ਦੋਸਤੋ ਅੱਜ ਦੀ ਵੀਡੀਓ ਜਿਵੇਂ ਆਪ ਸਭ ਨੂੰ ਪਤਾ ਹੈ ਕਿ 5 ਦਸੰਬਰ ਨੂੰ ਮੀਟਿੰਗ ਰੱਖੀ ਗਈ ਸੀ ਉਹ ਮੀਟਿੰਗ ਹੈ ਜਿਹੜੀ ਬੇਸੀਟਾ ਰਹੀ ਆ ਉਸ ਬਾਰੇ ਜਿਹੜੀ ਕਿ ਜਥੇਬੰਦੀਆਂ ਦੇ ਵੱਲੋਂ ਜਿਹੜਾ ਬਿਆਨ ਜਾਰੀ ਹੋਇਆ ਉਹ ਡਿਸਕਸ ਕਰੇ ਜਾ ਰਿਹਾ ਤੁਹਾਡੇ ਨਾਲ ਜਿਹੜਾ ਸਾਂਝਾ ਕਰਨ ਜਾ ਰਹੇ ਆਂ ਹਾਂਜੀ ਦੋਸਤੋ ਬਣੇ ਰਹਿਣਾ ਇਸ ਵੀਡੀਓ ਦੇ ਐਂਡ ਤੱਕ ਜੀ ਉਹਨਾਂ ਦਾ ਕਹਿਣਾ ਕਿ ਮੁੱਦੇ ਤਾਂ ਡਿਸਕਸ ਹੋਏ ਜਿਹੜੇ ਮੰਗਾ ਸਰ ਸਰਕਾਰ ਨੇ ਕੋਈ ਅੱਜ ਨੋਟੀਫਿਕੇਸ਼ਨ ਦਿੱਤੀ ਹੈ ਨਾ ਹੀ ਕੋਈ ਪੋਜ਼ਿਟਿਵ ਸਰਕਾਰ ਨੇ ਕਿਸੇ ਵੀ ਮੰਗ ਤੇ ਸਾਡੀ ਜਿਹੜੀ ਕਿ ਨਾਲ ਹਾਮੀ ਨਹੀਂ ਭਰੀ ਸਾਨੂੰ ਲੱਗ ਰਿਹਾ ਕਿ ਸਰਕਾਰ ਸਾਡੀ ਕੋਈ ਵੀ ਮੰਗ ਤੇ ਜਿਹੜੀ ਪ੍ਰਮਾਣ ਕਰਨ ਨੂੰ ਤਿਆਰ ਨਹੀਂ ਸੀ ਇਸੇ ਕਰਕੇ ਜਿਹੜਾ ਸਾਡਾ ਜਿਹੜਾ ਸੰਘਰਸ਼ ਚਾਰਿਆ ਉਹ ਚાલુ ਹੀ ਰਹੇਗਾ ਕੱਲ ਨੂੰ ਅਸੀਂ ਸਟੇਜ ਦੀ ਮੀਟਿੰਗ ਕਰਾਂਗੇ ਉਹਦੇ ਵਿੱਚ ਅਸੀਂ ਹੋਰ ਵੱਡੇ ਐਕਸ਼ਨ ਜਿਹੜੇ ਕੀ ਵੇਖਣ ਨੂੰ ਮਿਲਣਗੇ ਸਰਕਾਰ ਹਰ ਵਾਰ ਅਗਲੀ ਮੀਟਿੰਗ ਦੇਣ ਦੀ ਗੱਲ ਕਰ ਰਹੀ ਹੈ ਸਾਨੂੰ ਇਹੀ ਕਿਹਾ ਜਾਂਦਾ ਹੈ ਕਿ ਕੁਝ ਦਿਨਾਂ ਤੱਕ ਤੁਹਾਡੇ ਸੀਐਮ ਮਾਨ ਨਾਲ ਮੀਟਿੰਗ ਕਰਵਾਵਾਂਗੇ ਅਸੀਂ ਫਿਰ ਜਿਹੜਾ ਕੀ ਫੈਸਲਾ ਕਰਾਂਗੇ ਜਿਹੜਾ ਕਿ ਕੁਝ ਹੀ ਦਿਨਾਂ ਤੱਕ ਜਿਹੜਾ ਕਰਨਾ ਹੈ ਅੱਜ ਦੀ ਮੀਟਿੰਗ ਦੇ ਵਿੱਚ ਕਿ ਹੈ ਵਿਚ ਕਿਹਾ ਗਿਆ ਕਿ ਵਿੱਤ ਮੰਤਰੀ ਸੀਗੇ ਧਾਰੀਵਾਲ ਜੀ ਹੈ ਨਹੀਂ ਸੀ ਧਾਰੀਵਾਲ ਸਾਹਿਬ ਜੀ ਸੀ ਤੇਵ ਚੀਮਾ ਸਾਦਸੀ ਪਰ ਹਰੇਕ ਗੱਲ ਦੇ ਮੰਗ ਦੇ ਉੱਤੇ ਉਹਨਾਂ ਦਾ ਸਰਕਾਰ ਦਾ ਕੋਈ ਪੋਜ਼ਿਟਿਵ ਜਿਹੜਾ ਰਿਐਕਸ਼ਨ ਨਹੀਂ ਸੀ 네ਗੇਟਿਵ ਸੀ ਹਰ ਇੱਕ ਗੱਲ ਦੇ ਉੱਤੇ ਸਰਕਾਰ ਕਿਸੇ ਵੀ ਮੰਗ ਨੂੰ ਪ੍ਰਵਾਨ ਕਰਨ ਵਾਲੇ ਪਾਸੇ ਨਹੀਂ ਆ ਰਹੀ ਸੀ 네ਗੇਟਿਵ ਹੀ ਚੱਰੀ ਸੀ ਹਰੇਕ ਗੱਲ ਤੇ ਨਾ ਤਾਂ ਪ੍ਰਾਣੀ ਪੈਨਸ਼ਨ ਸਕੀਮ ਤੇ ਜੋ ਵੀ ਮੰਗ ਹੈ ਅਜੇ ਜਿਹੜੀ ਐਸਓਪੀ ਜਾਰੀ ਕਰਨ ਦੀ ਗੱਲ ਨਹੀਂ ਕਰੀ ਸੀ ਜੀਪੀਐਫ ਫੰਡ ਖਾਤੇ ਖੋਲਣ ਦੀ ਗੱਲ ਨਹੀਂ ਕਰੀ ਸੀ ਏਸੀਪੀ ਸਕੀਮ 'ਤੇ ਨਹੀਂ ਕਰੀ ਸੀ ਜੀਪੀਐਫ ਫੰਡ ਨੂੰ ਵੀ ਲੈ ਕੇ ਕਹਿੰਦੇ ਸੀ ਆ ਸਾਭ ਦੀ ਕਿਸੇ ਵੀ ਗੱਲ ਤੇ ਸਰਕਾਰ ਜਿਹੜੀ ਕਿ ਨਹੀਂ ਆ ਰਹੀ ਸੀ ਜਿਸ ਕਰਕੇ ਸਾਨੂੰ ਅੱਜ ਦੀ ਮੀਟਿੰਗ ਛੱਡ ਛੱਡ ਕੇ ਆ ਗਏ ਆ ਸਾਡੇ ਕੋਲ ਫੰਡਸ ਨਹੀਂ ਹੈਗਾ ਉਹ ਕਹਿੰਦੇ ਸਰਕਾਰ ਇੱਕ ਪਾਸੇ ਸਰਕਾਰ ਕਹਿੰਦੀ ਹੈ ਸਾਡੇ ਕੋਲ ਖਜ਼ਾਨਾ ਬਹੁਤ ਭਰਿਆ ਹੈ ਕਹਿੰਦੇ ਆ ਸਾਡੇ ਕੋਲ ਜੇ ਖਜ਼ਾਨਾ ਹੈ ਤਾਂ ਪੈਨਸ਼ਨ ਬਹਾਲ ਕਿਉਂ ਨਹੀਂ ਕਰਦੇ ਸਾਨੂੰ ਇੱਕ ਪਾਸੇ ਕਹਿੰਦੇ ਸਾਡੇ ਕੋਲ ਪੈਸਾ ਬਹੁਤ ਹੈ ਇਸ ਕਰਕੇ ਜਿਹੜਾ ਕਿ ਲਹਿਰਬੁਰ ਨਾਲ ਬਹੁਤ ਵੱਡਾ ਧੋਖਾ ਜਿਹੜਾ ਕਿ ਹੋ ਰਿਹਾ ਮਲਾਜ਼ਮਾਂ ਨਾਲ ਅਸੀਂ ਕੱਲ ਜਿਹੜੀ ਮੀਟਿੰਗ ਸਟੇਜ ਦੀ ਉਹਦੇ ਵਿੱਚ ਵੱਡੇ ਐਕਸ਼ਨ ਲਿਖੇ ਲਿਖਾਂਗੇ ਠੀਕ ਹੈ ਤੇ ਜਿਹੜੇ ਪਬਲਿਕ ਖਰਾਬ ਹੋ ਰਹੀ ਹੈ ਸਾਡੇ ਕਰਕੇ ਖਰਾਬ ਨਹੀਂ ਹੋ ਰਹੀ ਸਰਕਾਰ ਕਰਕੇ ਹੋ ਰਹੀ ਹੈ ਜੇ ਸਰਕਾਰ ਅਸੀਂ ਜਦੋਂ ਪਹਿਲਾਂ ਹੀ ਨੋਟੀਫਿਕੇਸ਼ਨ ਜਿਹੜਾ ਨੋਟਿਸ ਦਿੱਤੇ ਸੀ ਸਰਕਾਰ ਨੂੰ ਮੀਟਿੰਗ ਦੀ ਸਰਕਾਰ ਉਹਦੀ ਸਾਨੂੰ ਬੁਲਾ ਕੇ ਕੋਈ ਪੋਜ਼ਿਟਿਵ ਮੀਟਿੰਗ ਕਰਦੀ ਸਾਡੀਆਂ ਮੰਗਾ ਮੰਨ ਲੈਂਦੀ ਤਾਂ ਪਬਲਿਕ ਹਰਾਸਣਾ ਹੁੰਦੀ ਤੇ ਸਾਡੇ ਮੁਲਾਜ਼ਮਾਂ ਦੀਆਂ ਤਨਖਾਹਾਂ ਨਾ ਰੁਕਦੀਆਂ ਸਾਨੂੰ ਤਾਂ ਮਜਬੂਰ ਨਾਲ ਕੱਲ੍ਹ ਵਾਲੀ ਮੀਟਿੰਗ ਅਸੀਂ ਸਟੇਜ ਦੀ ਮੀਟਿੰਗ ਕਰਕੇ ਕਰ ਰਹੇ ਹਾਂ ਉਹਦੇ ਵਿੱਚ ਵੱਡੇ ਫੈਸਲੇ ਅਸੀਂ ਆਨਲਾਈਨ ਪੰਜਾਬ ਦੀ ਮੀਟਿੰਗ ਕਰਾਂਗੇ ਸਾਰੇ ਹੀ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਉਹਦੇ ਵਿੱਚ ਵੱਡੇ-ਵੱਡੇ ਫੈਸਲੇ ਲਵਾਂਗੇ ਸਖਤ ਫੈਸਲੇ ਲਏ ਜਾਣਗੇ ਅਸੀਂ ਮੁਲਾਜ਼ਮਾ ਹਿੱਤਾਂ ਨੂੰ ਆਪਣੀਆਂ ਮੰਗਾਂ ਨੂੰ ਅਸੀਂ ਨਹੀਂ ਛੱਡਾਂਗੇ ਨਹੀਂ ਅਸੀਂ ਹਰੇਕ ਦੇ ਦਰਕਾਰ ਜਾਵਾਂਗੇ ਜਿੱਥੋਂ ਤੱਕ ਸਾਡਾ ਪਹੁੰਚ ਪਿਆ ਤੇ ਜੇ ਸਰਕਾਰ ਇੱਕ ਐਡੀ ਅੜਈਏ ਰਵਈਏ ਤੇ ਫੇਰ ਸਿ ਮੁਲਾਜ਼ਮ ਇਹੀ ਸਰ ਸਰਕਾਰ ਦੇ ਨਾਂ ਤੇ ਕੰਮ ਵੀ ਅਸੀਂ ਸਰਕਾਰ ਦਾ ਹੀ ਕਰਦੇ ਆ ਸੋ ਇਸ ਤਰੀਕੇ ਜਿਹੜਾ ਕਿ ਇਸ ਲੱਗਦਾ ਹੈ ਇੱਕ चीज ਨੂੰ ਜਿਹੜੇ ਜਥੇਬੰਦੀਆਂ ਨੂੰ ਅੱਜ ਬਹੁਤ ਨਿਰਾਸ਼ਾ ਜਿਹੜੀ ਕਿ ਪਾਈ ਗਈ ਹੈ ਹਾਂਜੀ ਦੋਸਤੋ ਏਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਧੀਆ ਲੱਗੀ ਹੋਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲੈਣਾ ਸਾਡੇ ਚੈਨਲ ਤੇ ਆ ਰਹੀ ਹੈ ਵੀਡੀਓ ਵਧੀਆ ਲੱਗੇ ਚੈਨਲ ਸਬਸਕ੍ਰਾਈਬ ਕਰਕੇ ਰੱਖਣਾ ਧੰਨਵਾਦ ਜੀ